वाहिगुरु जी वाहिगुरु का जी का खालसा, खालसा, वाहिगुरु जी वाहिगुरु की जी की फतेह। फतेह। गुरु गुरु प्यारी, प्यारी, गुरु गुरु सवारी सवारी संगत संगत जी, जी, संत संत बाबा बाबा दर्शन सिंह दर्शन जी सिंह जी कुली कुली वालियां नूं, वालियां नूं, साधु साधु महापुरखां महापुरखां दे दे दर्शन दर्शन होने होने अते अते संगत संगत मिलनी। मिलनी। बाबा बाबा जी जी दिन दिन वेले वेले किरत किरत करदे करदे ते दिन ते दिन ढले ढले वंजली वंजली नाल नाल जां जां किंग किंग नाल नाल धार्मिक धार्मिक रंग रंग विच विच रंगे रंगे जांदे। जांदे। पर पर हिरदे हिरदे अंदर अंदर खिच किसे होर किसे होर ही ही वस्तु दी वस्तु सी। दी सी। हिरदा हिरदा तां तां कुछ कुछ होर ही होर ही टोल टोल रिया सी। रिया सी। बाबा जी बाबा दे जी दे प्रजापत प्रजापत बरादरी दे बरादरी दे रिश्तेदार, रिश्तेदार, साक साख संबंधी संबंधी ते ते होर होर साथी हर साथी हर साल साल माता माता वैष्णो वैष्णो देवी दे देवी दे दर्शन दर्शन करन करन लई लई जांदे जांदे सन। सन। बाबा बाबा जी जी उन्हां दे उन्हां दे नाल हर नाल साल हर साल माता माता वैष्णो वैष्णो देवी दे देवी दे दर्शनां नूं वी दर्शनां जाण नूं लग जाण पे। लग पे। उत्थे उत्थे महात्मा महात्मा पुरशां दे वी पुरशां दे दर्शन दर्शन हुंदे। हुंदे। इस तरह इस तरह सत सत पुरशां दी पुरशां दी संगत संगत दा दा वी वी मन मन अंदर अंदर बड़ा बड़ा चाओ पैदा चाओ हो गया। पैदा हो गया। आस आस पास पास किसे किसे महात्मा महात्मा सत पुरश सत दी पुरश दस दी दस पैणी पैणी तां तां बाबा जी बाबा ने जी ने उन्हां दे उन्हां दे दर्शन दर्शन करन लई करन जरूर लई जरूर जाना। जाना। उहनां दी उहनां दी संगत संगत करदे करदे ते ते उहनां उहनां पासों पासों अध्यात्म दे अध्यात्म दे बचन बचन सुणदे। सुणदे। ਇਹ ਇਹ ਕਿਰਿਆ ਵੀ ਕਿਰਿਆ ਵੀ ਨਿਤਾ ਨਿਤਾ ਪ੍ਰਤੀ ਦੀ ਪ੍ਰਤੀ ਹੀ ਹੀ ਬਣ ਬਣ ਗਈ। ਗਈ। ਸਾਧੂ ਸਾਧੂ ਮਹਾਤਮਾ ਮਹਾਤਮਾ ਜੀ ਜੀ ਦੇ ਦੇ ਦਰਸ਼ਨ ਦਰਸ਼ਨ ਕਰਨ ਕਰਨ ਦੀ ਦੀ ਬਾਬਾ ਬਾਬਾ ਜੀ ਜੀ ਦੇ ਦੇ ਹਿਰਦੇ ਹਿਰਦੇ ਅੰਦਰ ਅੰਦਰ ਬੜੀ ਬੜੀ ਤਾਂਘ ਤਾਂਘ ਰਹਿੰਦੀ ਰਹਿੰਦੀ ਸੀ। ਸੀ। ਇਸੇ ਇਸੇ ਤਰ੍ਹਾਂ ਤਰ੍ਹਾਂ ਸਾਧੂ ਸਾਧੂ ਮਹਾਤਮਾ ਦੇ ਮਹਾਤਮਾ ਦੇ ਦਰਸ਼ਨ ਦਰਸ਼ਨ ਕਰਦੇ ਕਰਦੇ ਰਹਿਣਾ ਰਹਿਣਾ ਔਰ ਬੜੇ ਹੀ ਬੜੇ ਹੀ ਉੱਚੀ ਉੱਚੀ ਸੋਚ ਸੋਚ ਦੇ ਦੇ ਅਤੇ ਅਤੇ ਉੱਚੀ ਉੱਚੀ ਸੁੱਚੀ ਮਤ ਮਤ ਦੇ ਦੇ ਮਾਲਕ ਮਾਲਕ ਬਾਬਾ ਬਾਬਾ ਸ਼ਾਮ ਸ਼ਾਮ ਸਿੰਘ ਸਿੰਘ ਜੀ ਜੀ ਆਟਾ ਆਟਾ ਮੰਡੀ ਮੰਡੀ ਵਾਲੇ ਵਾਲੇ ਉਹਨਾਂ ਦੇ ਉਹਨਾਂ ਦੇ ਦਰਸ਼ਨ ਦਰਸ਼ਨ ਮਹਾਂਪੁਰਖਾਂ ਮਹਾਂਪੁਰਖਾਂ ਨੂੰ ਨੂੰ ਹੁੰਦੇ ਹੁੰਦੇ ਰਹੇ ਰਹੇ ਅਤੇ ਅਤੇ ਮਹਾਂਪੁਰਖ ਮਹਾਂਪੁਰਖ ਉਹਨਾਂ ਉਹਨਾਂ ਦੀ ਦੀ ਸੰਗਤ ਸੰਗਤ ਵੀ ਵੀ ਕਰਦੇ ਕਰਦੇ ਰਹੇ ਰਹੇ ਬਾਬਾ ਬਾਬਾ ਸ਼ਾਮ ਸ਼ਾਮ ਸਿੰਘ ਸਿੰਘ ਜੀ ਜੀ ਆਟਾ ਆਟਾ ਮੰਡੀ ਮੰਡੀ ਵਾਲੇ ਵਾਲੇ ਇਹ ਇਹ ਅੱਡਣ ਅੱਡਣ ਸ਼ਾਹੀ ਸ਼ਾਹੀ ਸੰਪਰਦਾ ਸੰਪਰਦਾ ਦੇ ਦੇ ਵਿੱਚੋਂ ਵਿੱਚੋਂ ਬੜੀ ਬੜੀ ਕਮਾਈ ਕਮਾਈ ਵਾਲੇ ਵਾਲੇ ਪੂਰਨ ਪੂਰਨ ਮਹਾਂਪੁਰਖ ਮਹਾਂਪੁਰਖ ਹੋਏ ਹੋਏ ਹਨ। ਹਨ ਇਹਨਾਂ ਇਹਨਾਂ ਦਾ ਦਾ ਅਸਥਾਨ ਅਸਥਾਨ ਸ੍ਰੀ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਸਾਹਿਬ ਵਿਖੇ ਵਿਖੇ ਹੈ। ਹੈ। ਇਹ ਇਹ ਮਹਾਂਪੁਰਖ ਮਹਾਂਪੁਰਖ ਬੜੀ ਬੜੀ ਨਿਮਰਤਾ, ਨਿਮਰਤਾ, ਗਰੀਬੀ ਗਰੀਬੀ ਤੇ ਤੇ ਸੇਵਾ ਸੇਵਾ ਭਾਵਨਾ ਭਾਵਨਾ ਵਾਲੇ ਵਾਲੇ ਹਨ। ਹਨ। ਇਹ ਇਹ ਮਹਾਂਪੁਰਖ ਮਹਾਂਪੁਰਖ ਸਵੇਰੇ ਸਵੇਰੇ ਅੰਮ੍ਰਿਤ ਅੰਮ੍ਰਿਤ ਵੇਲੇ ਵੇਲੇ ਸ੍ਰੀ ਸ੍ਰੀ ਦਰਬਾਰ ਦਰਬਾਰ ਸਾਹਿਬ ਸਾਹਿਬ ਆ ਆ ਜਾਂਦੇ ਜਾਂਦੇ ਤੇ ਤੇ ਉਪਰੰਤ ਉਪਰੰਤ ਸਾਰਾ ਸਾਰਾ ਦਿਨ ਦਿਨ ਸੇਵਾ ਸੇਵਾ ਵਿੱਚ ਵਿੱਚ ਹਾਜ਼ਰੀ ਹਾਜ਼ਰੀ ਭਰਦੇ ਭਰਦੇ ਸਨ। ਸਨ। ਇਹ ਇਹ ਇਤਨੀ ਇਤਨੀ ਗਰੀਬੀ ਗਰੀਬੀ ਭਾਵਨਾ ਭਾਵਨਾ ਵਾਲੇ ਵਾਲੇ ਮਹਾਂਪੁਰਖ ਮਹਾਂਪੁਰਖ ਸਨ ਸਨ ਕਿ ਇਹ ਜਦ ਇਹ ਸ੍ਰੀ ਜਦ ਦਰਬਾਰ ਸ੍ਰੀ ਸਾਹਿਬ ਦਰਬਾਰ ਵਿਖੇ ਸਾਹਿਬ ਵਿਖੇ ਆਉਂਦੇ ਆਉਂਦੇ ਸਨ ਸਨ ਤਾਂ ਤਾਂ ਇੱਕ ਇੱਕ ਖੁਰਪਾ ਖੁਰਪਾ ਤੇ ਤੇ ਇੱਕ ਇੱਕ ਥੈਲਾ ਥੈਲਾ ਨਾਲ ਨਾਲ ਲੈ ਲੈ ਕੇ ਕੇ ਆਉਂਦੇ ਆਉਂਦੇ ਸਨ। ਸਨ ਉਸ ਉਸ ਸਮੇਂ ਸਮੇਂ ਸ੍ਰੀ ਸ੍ਰੀ ਦਰਬਾਰ ਦਰਬਾਰ ਸਾਹਿਬ ਸਾਹਿਬ ਜੀ ਜੀ ਦੀ ਦੀ ਪਰਿਕਰਮਾ ਪਰਿਕਰਮਾ ਕੱਚੀ ਕੱਚੀ ਹੁੰਦੀ ਹੁੰਦੀ ਸੀ ਸੀ ਤੇ ਇਹ ਇਹ ਮਹਾਂਪੁਰਖ ਮਹਾਂਪੁਰਖ ਪੰਛੀਆਂ ਪੰਛੀਆਂ ਦੀਆਂ ਦੀਆਂ ਬਿੱਠਾਂ ਬਿੱਠਾਂ ਪਰਿਕਰਮਾ ਪਰਿਕਰਮਾ ਵਿੱਚੋਂ ਵਿੱਚੋਂ ਖੁਰਪੇ ਖੁਰਪੇ ਨਾਲ ਨਾਲ ਇਕੱਠੀਆਂ ਇਕੱਠੀਆਂ ਕਰਕੇ ਕਰਕੇ ਥੈਲੇ ਥੈਲੇ ਵਿੱਚ ਵਿੱਚ ਪਾ ਪਾ ਲੈਂਦੇ ਲੈਂਦੇ ਸਨ ਸਨ ਤੇ ਤੇ ਬਾਹਰ ਬਾਹਰ ਕਿਤੇ ਕਿਤੇ ਜਾ ਜਾ ਕੇ ਕੇ ਦੱਬ ਦੱਬ ਦਿੰਦੇ ਦਿੰਦੇ ਸਨ। ਸਨ ਇਸ ਤਰ੍ਹਾਂ ਇਸ ਤਰ੍ਹਾਂ ਬਾਬਾ ਬਾਬਾ ਜੀ ਜੀ ਪਰਿਕਰਮਾ ਪਰਿਕਰਮਾ ਦੀ ਦੀ ਸਫਾਈ ਸਫਾਈ ਰੱਖਦੇ ਰੱਖਦੇ ਸਨ। ਸਨ ਇਹ ਇਹ ਮਹਾਂਪੁਰਖ ਮਹਾਂਪੁਰਖ ਸਰੰਦੇ ਸਰੰਦੇ ਦੇ ਦੇ ਬੜੇ ਬੜੇ ਧਨੀ ਧਨੀ ਸਨ ਸਨ ਤੇ ਤੇ ਸਰੰਦੇ ਸਰੰਦੇ ਨਾਲ ਨਾਲ ਸ੍ਰੀ ਸ੍ਰੀ ਦਰਬਾਰ ਦਰਬਾਰ ਸਾਹਿਬ ਸਾਹਿਬ ਵਿਖੇ ਵਿਖੇ ਰੋਜ਼ਾਨਾ ਰੋਜ਼ਾਨਾ ਕੀਰਤਨ ਕੀਰਤਨ ਦੀ ਦੀ ਹਾਜ਼ਰੀ ਹਾਜ਼ਰੀ ਭਰਿਆ ਭਰਿਆ ਕਰਦੇ ਕਰਦੇ ਸਨ। ਸਨ ਇਹਨਾਂ ਨੇ ਇਹਨਾਂ ਨੇ ਤਕਰੀਬਨ ਤਕਰੀਬਨ 70 ਸਾਲ ਸਾਲ ਸ੍ਰੀ ਸ੍ਰੀ ਦਰਬਾਰ ਦਰਬਾਰ ਸਾਹਿਬ ਸਾਹਿਬ ਵਿਖੇ ਵਿਖੇ ਕੀਰਤਨ ਕੀਰਤਨ ਦੀ ਦੀ ਹਾਜ਼ਰੀ ਹਾਜ਼ਰੀ ਧੰਨ 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 ਗੁਰੂ ਗੁਰੂ ਰਾਮਦਾਸ ਰਾਮਦਾਸ ਪਾਤਸ਼ਾਹ ਪਾਤਸ਼ਾਹ ਜੀ ਜੀ ਦੇ ਦੇ ਚਰਨਾਂ ਚਰਨਾਂ ਵਿੱਚ ਵਿੱਚ ਲਵਾਈ ਲਵਾਈ ਹੈ। ਹੈ। ਬਾਬਾ ਬਾਬਾ ਜੀ ਜੀ ਕੁੱਲੀ ਕੁੱਲੀ ਵਾਲਿਆਂ ਵਾਲਿਆਂ ਨੇ ਨੇ ਬਚਪਨ ਬਚਪਨ ਵਿੱਚ ਵਿੱਚ ਹੀ ਹੀ ਸ੍ਰੀ ਸ੍ਰੀ ਦਰਬਾਰ ਦਰਬਾਰ ਸਾਹਿਬ ਸਾਹਿਬ ਵਿਖੇ ਵਿਖੇ ਅਨੇਕਾਂ ਅਨੇਕਾਂ ਵਾਰ ਵਾਰ ਬਾਬਾ ਬਾਬਾ ਸ਼ਾਮ ਸ਼ਾਮ ਸਿੰਘ ਸਿੰਘ ਜੀ ਜੀ ਦੇ ਦੇ ਦਰਸ਼ਨ ਦਰਸ਼ਨ ਕੀਤੇ ਕੀਤੇ ਬੜੀਆਂ ਬੜੀਆਂ ਅਸੀਸਾਂ ਅਸੀਸਾਂ ਮਹਾਂਪੁਰਖਾਂ ਮਹਾਂਪੁਰਖਾਂ ਦੇ ਦੇ ਕੋਲੋਂ ਕੋਲੋਂ ਲਈਆਂ। ਲਈਆਂ ਬਾਬਾ ਬਾਬਾ ਜੀ ਜੀ ਦਾ ਦਾ ਬਾਬਾ ਬਾਬਾ ਸ਼ਾਮ ਸ਼ਾਮ ਸਿੰਘ ਸਿੰਘ ਜੀ ਜੀ ਦੇ ਦੇ ਨਾਲ ਨਾਲ ਇਤਨਾ ਇਤਨਾ ਪ੍ਰੇਮ ਪ੍ਰੇਮ ਸੀ ਸੀ ਕਿ ਕਿ ਬਾਬਾ ਬਾਬਾ ਜੀ ਜੀ ਨੇ ਨੇ ਆਪਣੀ ਆਪਣੀ ਕੁਟੀਆ ਕੁਟੀਆ ਅੰਦਰ ਅੰਦਰ ਸਾਰੀ ਸਾਰੀ ਉਮਰ ਉਮਰ ਬਾਬਾ ਬਾਬਾ ਸ਼ਾਮ ਸ਼ਾਮ ਸਿੰਘ ਸਿੰਘ ਜੀ ਜੀ ਦਾ ਦਾ ਸਰੂਪ ਸਰੂਪ ਭਾਵ ਭਾਵ ਤਸਵੀਰ ਤਸਵੀਰ ਲਗਾ ਲਗਾ ਕੇ ਕੇ ਰੱਖੀ। ਰੱਖੀ।